मौजूद हूँ कमास गाँव में इस वक्त आप देख रहे हैं कि गाँव के जो रहाशी या मुकीम है उनके पास ये बिल है आखिर इनके हाथ में बिल क्यूँ एहतजाज आखिर किस बात का कर रहे हैं आई एन से गुफ्तु करते हैं चौधरी अशरफ नंबरदार साहब हमारे साथ मौजूद हैं और इलाके के जो मुकीम शहरी है वो भी हमारे साथ मौजूद हैं इनका जो मुतालबा है वो आप तक पहुँचाने की कोशिश करते हैं तो कोशिश कीजिएगा कि वीडियो को एंड तक जरूर देखिए जी असलम असलम जी चोर साहब सो किसी एहतजाज कर रहे कि चीज़ा कर रहे हैं यार सा जास्ती कर रहे हैं नज्यायी कार रहे हैं बत्ती नजायी ते दरखास्त दी गई है ਅੱਛਾ ਉਹ ਬੱਗਾ ਹੀ ਲਈ ਖਲੋਤਾ ਪੂਰਾ ਕਿੰਨੇ ਕੋ ਬੰਦੇ ਨੇ ਇਹਨਾਂ ਦਾ ਗਰੁੱਪ ਹੈ ਕਿਤੋਂ ਦਾ ਕੰਮ ਕਰ ਰਹੇ ਨੇ ਪੂਰਾ ਜਾਣੇ ਕਿ ਜਿੰਨਾ ਵੀ ਬਾਬਟਾ ਮੁਲਾਜ਼ਮ ਹਨ ਇੱਥੇ ਆਂਦੇ ਕਮਾਸ ਪਿੰਡ ਵਿੱਚ ਖਾਸ ਕਰਕੇ ਉਹ ਨਾਲ ਰਲੇ ਹੋਏ ਇਹਨਾਂ ਦੇ ਇਹ ਰਲ ਕੇ ਕੰਮ ਕਰ ਰਹੇ ਨੇ ਉਹਨਾਂ ਬਾਬਟਾ ਨਹੀਂ ਪੈਸਾ ਖਾ ਰਹੇ ਜਿੰਨਾ ਬੱਗਾ ਖਾ ਰਿਆ ਇਹਨਾਂ ਨੂੰ ਕਿੰਨੀ ਕੁ ਦੇਰ ਹੋ ਗਿਆ ਕੰਮ ਕਰ ਇਹਨੂੰ ਕਾਫੀ 20 ਸਾਲ ਹੋ ਚਲੇ ਨੇ ਕੋਈ ਬੰਦਾ ਆਇਆ ਹੀ ਨਹੀਂ ਸਾਹਮਣਾ ਕਿਸੇ ਨੇ ਕੀਤਾ ਹੀ ਨਹੀਂ ਇਹਦਾ ਨਹੀਂ ਇਹਨਾਂ ਕੋਈ ਨਹੀਂ ਪਾਵਰ ਕਿਵੇਂ ਆ ਗਈ ਇਹਦੇ ਪਹਿਲੇ ਐਸੀ ਮੁਲਾਜ਼ਮ ਭਰਾ ਪ੍ਰੋ ਉਹ ਤਾਂ ਕੋਟੇ ਮੁਲਾਜ਼ਮਤ ਕਰਦੇ ਨੇ ਇਹ ਮੁਲਾਜ਼ਮ ਤੇ ਨਹੀਂ ਨਾ ਹੈਗਾ ਉਹ ਤੇ ਆਪਣੇ ਉੱਥੇ ਨੇ ਇੱਥੇ ਫਰਲੂ ਲਈ ਫਿਰਦਾ ਹਾਂ ਤੇ ਕਿੰਨਾ ਨਾਲ ਕੋਈ ਫਰਾਡ ਫਰੂਡ ਇਹਨਾਂ ਕਰ ਲਿਆ ਕਾਫੀ ਘਰਾਂ ਨਾਲ ਹੈ ਜੀ بڑے ਘਰਾਂ ਨਾਲ ਫਰਾਡ ਕੀਤਾ ਲੋਕ ਰੋਂਦੇ ਨੇ ਇਹਨਾਂ ਦੀ ਜਾਨ ਨੂੰ ਕੀ ਕੀ ਫਰਾਡ ਕੀਤਾ ਨੇ ਇਹਨਾਂ ਨੇ ਪੈਸੇ ਲੈ ਲੈ ਕੇ ਖਾਦੇ ਮੀਟਰ ਕਟਵਾਏ ਕਿੰਨੇ ਕਿੰਨੇ ਪੈਸੇ ਲੈ ਲਏ ਜੀ 50 50000 ਰੁਪਈਆ ਲੱਖ ਲੱਖ ਰੁਪਈਆ ਇਹਨਾਂ ਲੈ ਕੇ ਖਾਦਾ ਠੀਕ ਹੈ ਹਾਂਜੀ ਨਾਜ਼ਰੀਨ ਇਨਕਾ ਯਹੀ ਕਹਿਣਾ ਹੈ ਕਿ ਜੋ ਇਲਾਕੇ ਕੇ ਕੁਝ ਲੋਗ ਹੈ ਉਹਨਾਂ ਨੇ ਇਨਕਾ ਇਸਤੇਮਾਲ ਕੀਤਾ ਗਲਤ ਇਸਤੇਮਾਲ ਕੀਤਾ ਹੈ ਜੀ ਅਸਲਾਮੁਅਲੈਕੁਮ ਸਵਾਲ ਹੈ ਤੁਸੀਂ ਭਾਈ ਦੱਸੋ ਕਿ ਤੁਹਾਨੂੰ ਕੀ ਮਸਲਾ ਹੈ ਸਰ ਜੀ ਮੇਰੀਆਂ ਨੇ 50000 ਰੁਪਿਆ ਲੈ ਕੇ ਕੁੰਡੀਆਂ ਲਾਈਆਂ ਨੇ ਠੀਕ ਹੈ ਇਹਨੇ ਕਿਹਾ ਵੀ ਤੇਨੂੰ ਬਿੱਲ ਨਹੀਂ ਆਏਗਾ ਅੱਛਾ ਬਿੱਲ ਦੀ ਬਾਵਜੂਦ ਮੇਰੇ ਕੋਲੋਂ ਫਿਰ 50000 ਮੰਗ ਰਿਆ ਹੈ ਠੀਕ ਹੈ ਮੇਰੇ ਕੋਲ ਨਹੀਂ ਮਿਲਿਆ ਹੋਇਆ ਤੇ ਤੁਸੀਂ ਕਿਸੇ ਨਾਲ ਗੱਲ ਗੱਲ ਗੁਲ ਨਹੀਂ ਕੀਤੀ ਗੱਲ ਅੰਮਰਦਾਰ ਨਾਲ ਕੀਤੀ ਸੀ ਇਹਨੇ ਕਿਹਾ ਵੀ ਕਰ ਲੈਨੇ ਆ ਇਹਨੂੰ ਕਿਹਾ ਇਹਨੇ ਜਾ ਕੇ ਮੀਟਰ ਕਟਾਤਾ ਮੀਟਰ ਕਟਾ ਕੇ ਫਿਰ ਐਫ ਆਰ ਦੇਤੇ ਤੁਹਾਡੇ ਕੋਲੋਂ ਇਹ ਬੰਦੇ ਨਾਮੀ ਨੇ ਕਿੰਨੇ ਪੈਸੇ ਲੈ ਲੈਨੇ ਇਹ 50000 ਲੈ ਕੇ ਤੇ ਇਹਨੇ ਕੁੰਡੀਆਂ ਲਾਈਆਂ ਸੀ ਤੇ 50000 ਹੋਰ ਮੰਗ ਰਿਆ ਹੈ ਮੇਰੇ ਤੋਂ ਨਹੀਂ ਹੋਇਆ 50000 ਮਤਲਬ ਕਿ ਮੰਗ ਰਿਆ ਸੀ ਤੇ ਅਗਰ ਨਾ ਦੇਗਾ ਤੇ ਇਹਦੇ ਖਿਲਾਫ ਆਪਾਂ ਐਫਆਈਆਰ ਦੇ ਦੇਣੀ ਪਰਚਾ ਤੁਹਾਡੇ ਨਾਮ ਦੇ ਦੇਣਾ ਹਾਂਜੀ ਐਸਾਂ ਹੀ ਗੱਲ ਹੈ ਤੇ ਤੁਹਾਡੇ ਨਾਲ ਪਹਿਲਾਂ ਐਫਆਈਆਰ ਹੋ ਚੁੱਕੀ ਹੈ ਹੋ ਚੁੱਕੀ ਹੈ ਅੱਛਾ ਕਿੰਨੀ ਦੇਰ ਕਿੰਨੀ ਦੇਰ ਪਹਿਲਾਂ ਕੀਤੀ ਹੈ ਇਹ ਮਹੀਨਾ ਕੋ ਹੋ ਗਿਆ ਮਹੀਨਾ ਹੋ ਗਿਆ ਹਾਂਜੀ ਮਤਲਬ ਤੁਹਾਡੇ ਪਰਚਾ ਦੇਖ ਕੇ ਗਲਤ ਕੀਤਾ ਨੇ ਹਾਂਜੀ ਠੀਕ ਹੈ ਜੀ ਜਨਾਬ ਅਸਲਾਮੁਅਲੈਕ ਜੀ ਮੇਰਾ ਇਹ ਮਤਲਬ ਹੈ ਕਿ ਤਾਂ ਬਿੱਲ ਬਹੁਤ ਜ਼ਿਆਦਾ ਬਗਾ ਪੁਆ ਰਿਆ ਹੈ ਇੱਕ ਹਰ ਘਰ ਦੇ ਵਿੱਚੋਂ ਇਹਨੇ ਮਹੀਨੇ ਦੇ ਬਾਅਦ ਕਿਸੇ ਕੋਲ 5000 ਲੈ ਰਿਆ ਕਿਸੇ ਕੋਲ 4000 ਲੈ ਰਿਆ ਅੱਗੋਂ ਹਰ ਕਮਸ ਕਮ 50 ਮੀਟਰ 30 ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਕੰਮ ਕਰਾਇਆ ਹੈ ਇਹਨਾਂ ਨੂੰ 200 ਤੋਂ ਵੱਧ ਬਿੱਲ ਨਹੀਂ ਆ ਸਕਦਾ ਠੀਕ ਹੈ ਠੀਕ ਹੈ ਇਹਨਾਂ ਦਾ ਦਿਲ ਕਰਦਾ ਇਹਨਾਂ ਦੇ ਕੰਮ ਕਮਸ ਕਮ ਆਵਦੇ ਘਰ 5 ਤੋਂ 4 ਏਸੀ ਨੇ ਇਹਨੇ ਪੂਰੇ ਮਹੱਲੇ ਨੂੰ ਬੱਤੀ ਦਿੱਤੀ ਹੋਈ ਬਰਤ ਕਰੋ ਜਿੰਨਾ ਵੀ ਨਾਲ ਘਰੋਂ ਦਾ ਮਿਲਣਾ ਉਹਨਾਂ ਨੂੰ ਠੀਕ ਹੋਗਾ ਇਹਨਾਂ ਦੇ ਵਾਸਤੇ 1000 ਕਿਤੇ ਜਿੰਦੀ ਪੂਰਾ ਜਿੰਨਾ ਰੈਂਡ ਮੰਗਾ ਮੰਡੀ ਦਾ ਹਮਲਾ ਹੈ ਨਾ ਕਿੰਨੇ ਕੁ ਦੇਰ ਹੋ ਗਏ ਤੰਗ ਕਰਦੇ ਆ ਕਮ ਸਕਮ ਮੇਰੇ ਜੂਨਾ ਹਾਊਸ ਮੈਂ ਇਹੀ ਦੇਖ ਰਿਹਾ ਮੈਂ ਇਹ ਰੋਣਾ ਜੀ ਥੋੜਾ ਤਾਂ ਲੈ ਕੇ ਲੱਗੇ ਨੇ ਹਾਂ ਜੀ ਅਜੇ ਤੋਂ ਰੋਣਾ ਤੁਸੀਂ ਜਨਾਬ ਅੱਗੇ ਆਓ ਅੱਗੇ ਆਓ ਅੱਗੇ ਆਓ ਕੀ ਹਜੇ ਸਹੀ ਠੀਕ ਹੈ ਹਾਂਜੀ ਵਾਲੇਕੁਮ ਸਲਾਮ ਕੀ ਮਸਲਾ ਹੈ ਸੇ ਬਿਲ ਬਿੱਲ ਇਹ ਬਿੱਲ ਜੀ ਬਹੁਤ ਆ ਰਹੇ ਨੇ ਤੇ ਇਹ ਨਾ ਗਰੁੱਪ ਜਿਹੜਾ ਨਾ ਬਿਜਲੀ ਵਾਲਾ ਤੰਗ ਕਰ ਰਿਹਾ ਸਾਨੂੰ ਉਹਨਾਂ ਦਾ ਨਾਮ ਨੂੰ ਵੀ ਆਉਂਦੇ ਨੇ ਨਾਮ ਬਿੱਲ ਆਣ ਦੇ ਵਾਪਤਾ ਦੇ ਜਿਹੜੇ ਇਹ ਹੀ ਆ ਡਾਬ ਸੇ ਹੀ ਬੜਿਆ ਇੱਥੇ ਦਫਤਰ ਦੂਸਰ ਹੈ ਮਤਲਬ ਕਿ ਪਿੰਡ ਦੇ ਬੰਦੇ ਉਹਨਾਂ ਨਾਲ ਰਲੇ ਨੇ ਜੀ ਜੀ ਇੱਥੇ ਬੈਨ ਉੱਠਣੇ ਡੇਰਾ ਬੜਿਆ ਹੈ ਕਿਸੀ ਦਾ ਡੇਰਾ ਹੈ ਲਟੇਰੇ ਨੇ ਮੀਟਰ ਕੱਟ ਲੈਂਦੇ ਨੇ ਤੇ ਮਗਰੋਂ ਆਪ ਚਲੇ ਜਾਂਦੇ ਨੇ ਇੰਨੇ ਬਿਆਸੇ ਦਿਓ ਤੁਹਾਡਾ ਮੀਟਰ ਆ ਜਾਏਗਾ ਉਹ ਰਾਵ ਕੇ ਬਿਜਲੀ ਵਾਲੇ ਖਾ ਰਹੇ ਨੇ ਇਹਨਾਂ ਦਾ ਹਲਕੀ ਹੋਣਾ ਚਾਹੀਦਾ ਹਾਲ ਜੀ ਅਸੀਂ ਤਾਂ ਕਵੈਸਟੀ ਕਰ ਰਹੇ ਸਾਡੇ ਨਾਲ ਕੋਈ ਮਾਮਲਾ ਅੱਛਾ ਹੀ ਹੋਵੇ ਇਹਨਾਂ ਦਾ ਗੂਬ ਬਿਆਨ ਚੰਗੇ ਕਰਨ ਸਾਡੇ ਨਾਲ ਕੁਸੂਰ ਰੱਖਣ ਠੀਕ ਹੈ ਹਾਂਜੀ ਮਤਲਬ ਕਿ ਜਿਹੜਾ ਨਜਾਇਜ਼ ਕਰ ਰਹੇ ਨੇ ਇਹ ਖਲੋ ਜਾਣ ਹਾਂਜੀ ਤੁਸੀਂ ਜਨਾਬ ਕੀ ਕਹਿਣਾ ਚਾਹੁੰਦਾ ਕੀ ਹੈ ਥੋੜਾ ਕੀ ਅਸਲਾਮੁਅਲੈਕੁਮ ਮੈਂ ਇਹ ਕਹਿਣਾ ਚਾਹੁੰਦਾ ਵਾਂ ਜਿਹੜਾ ਗਰੀਬ ਆਮ ਦਾ ਹੱਕ ਖਾਇਆ ਜਾਂਦਾ ਇਹ ਖਾਇਆ ਨਾ ਜਾਏ ਠੀਕ ਹੈ ਠੀਕ ਹੈ ਲਿਆ ਜਾ ਇੱਕ ਬੰਦਾ ਦਿਹਾੜੀ ਕਰਨ ਲਾ ਉਹ ਏਸੀ ਕਿਵੇਂ ਚਲਾ ਸਕਦਾ ਠੀਕ ਹੈ ਉਹ ਆਪਣਾ ਬਿੱਲ ਦੇਵੇਗਾ ਔਰ ਘਰ ਦਾ ਖਰਚਾ ਚਲਾਏਗਾ ਇੱਕ ਚੱਕੀ ਚਲਾ ਰਿਆ ਬੰਦਾ ਤੇ ਉਹ ਚੰਗੀ ਦਿਹਾੜੀ ਵੀ ਖਾ ਰਿਆ ਚੰਗਾ ਕੁਝ ਕਰ ਰਿਆ ਇੱਕ ਕੁੰਡੀਆਂ ਲਾ ਕੇ ਬੱਗਾ ਲਵਾ ਰਿਹਾ ਕਿਉਂ ਲਵਾ ਰਿਹਾ ਦੂਸਰੇ ਬੰਦਿਆਂ ਨੂੰ ਬਿੱਲ ਵਿੱਚ ਫਾਲਤੂ ਪਵਾ ਰਿਹਾ ਪਰਚੇ ਕਰਾ ਰਿਹਾ ਨਜਾਇਜ਼ ਤਾਰਾ ਲਵਾ ਕੇ ਕੁੰਡੀਆਂ ਅਗਲੇ ਨੇ ਕਿਉਂ ਕਰਾ ਰਿਹਾ ਇਹਦਾ ਲਿਆਇਆ ਸਾਨੂੰ ਰਿਜ਼ਲਟ ਦਿੱਤਾ ਜਾਵੇ ਕਿ ਜਰੇ ਲੋਕ ਆਪਣਾ ਦੇਖ ਰਹੇ ਨੇ ਜਾਂ ਆਲਾ ਅਫਸਰਾਂ ਦੇਖ ਰਹੇ ਨੇ ਉਹਨਾਂ ਕੀ ਆਖੋਗੇ ਉਹਨਾਂ ਨੂੰ ਇਹ ਹੀ ਆਖਾਂਗੇ ਵੀ ਸਾਡੇ ਤੋਂ ਜਰਾ ਹੱਥ ਚੱਕੇ ਇਹ ਵਾਪਟਾ ਵਾਲਾ ਬੱਗਾ ਉਰਫ ਬੱਗਾ ਇਹਦਾ ਨਾਂ ਇਹਦੇ ਵਾਪਟਾ 'ਚ ਕੋਈ ਤਲਕ ਨਹੀਂ ਹੈਗਾ ਇਹਦੀ ਬੱਤੀ ਫ੍ਰੀ ਚੱਲਦੀ ਏ ਮੀਟਰ ਸੜੇ ਨੂੰ 3 ਸਾਲ ਹੋ ਗਏ ਨੇ ਕੋਈ ਬੰਦਾ ਐਕਸ਼ਨ ਨਹੀਂ ਲੈ ਸਕਦਾ ਮਾੜੇ ਬੰਦੇ ਸਾਰੇ ਐਕਸ਼ਨ ਲੈ ਰਹੇ ਨੇ ਇਹਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਬਹੁਤ ਸ਼ੁਕਰੀਆ ਨਾਜ਼ਰ ਮਤਲਬ ਇਨਕਾ ਕਹਿਣੇ ਕਾ ਇਹ ਇਤਜਾਜ ਕਰਨੇ ਕਾ ਇਨਕਾ ਮਕਸਦ ਇਹ ਹੈ ਕਿ ਹਮਾਰੀ ਆਵਾਜ਼ ਹੋਣੀ ਜਾਏ ये जो गांव है इसका नाम है कमास जो मेरे साथ लोग मौजूद हैं ये यहाँ के मुक़ीम हैं, यहाँ रहते हैं तो इनका ये मुतालबा है कि इधर एक गैंग रहता है चाहे वो पाँच रुकनी है चार रुकनी है दो रुकनी है या फर्द एक है वो हमारे साथ बदसलूकी और नजायज तलुक हमारे साथ बनाता है पैसे के मामलत कभी मीटर काट लेते हैं कभी क्या कर लेते हैं ये आज़ाद लोग हैं आखिर ये इनसे चाहते क्या हैं तो हमारी और जो हमारे साथ लोग मौजूद थे उनका यही कहना है कि हमारा ये जो मुतालबा है वो अला अफसरान तक पहुँचाया जाए इसी के साथ फैसल अनुसारी को इजाज़त दीजिए फी अल्लाह